जिस तरह जिस वेले नैशनल कन्वीनर साढ़े पार्टी दे अरविंद केजरीवाल जी और साड़ी सारी टीम 2022 वास्ते चोन प्रचार कर रहे सी तां असीं उहदे च बहुत वड्डी गरंटी दे रहे सी कि असीं रेत माफिया खत्म करांगे ते लोकां नूं बहुत सस्ते रेटां ते रेत जिहड़ी है ਉਹ ਮੁਹੱਈਆ ਕਰਾਵਾਂਗੇ ਤਾਂ ਅਜੇ 10 ਮਹੀਨੇ ਹੋਏ ਨੇ ਸਾਡੀ ਸਰਕਾਰ ਬਣੀ ਨੂੰ ਤੇ ਅਸੀਂ ਉਹ 10 ਮਹੀਨਿਆਂ ਦੇ ਵਿੱਚ ਦਿਨ ਰਾਤ ਮਿਹਨਤ ਕੀਤੀ ਸਾਡੇ ਅਫਸਰਾਂ ਨੇ ਡਿਪਾਰਟਮੈਂਟ ਦੇ ਸਾਰੇ ਸਹਿਯੋਗੀਆਂ ਨੇ ਤੇ ਅੱਜ ਅਸੀਂ ਇਸ ਕਾਬਲ ਹੋਏ ਹਾਂ ਕਿ ਅਸੀਂ ਮਾਫੀਏ ਦਾ ਲੱਕ ਤੋੜਨ ਦੇ ਵਿੱਚ ਕਾਮਯਾਬ ਹੋਏ ਅੱਜ ਇੱਥੇ ਆਉਣ ਦਾ ਮਕਸਦ ਕੋਈ ਫੋਟੋ ਖਿਚਾਉਣਾ ਜਾਂ ਕੋਈ ਮੀਡੀਆ ਹਾਈਪ ਲੈਣਾ ਨਹੀਂ ਅੱਜ ਇੱਕ ਨਵੀਂ ਕਿਸਮ ਦਾ ਸ਼ੁਰੂਆਤ ਜਿਹੜੀ ਹੈ ਪੰਜਾਬ ਦੇ ਵਿੱਚ ਹੋ ਰਹੀ ਹੈ ਨਵੀਂ ਕਿਸਮ ਵੀ ਨਾ ਕਹੋ ਬਹੁਤ ਹੀ ਜ਼ਿਆਦਾ ਪੁਰਾਣੀ ਕਿਸਮ ਕਹਿ ਸਕਦੇ ਹਾਂ ਪਹਿਲਾਂ ਇੱਦਾਂ ਹੀ ਹੁੰਦਾ ਸੀ ਵਿੱਚ ਜਦੋਂ ਫਿਰ ਮਾਫੀਆ ਆ ਗਿਆ ਉਹਨਾਂ ਨੇ ਫਿਰ ਵਿੱਚ ਰਾਜਨੀਤੀ ਆ ਗਈ ਤੇ ਉਹਨਾਂ ਨੇ ਇਹਨੂੰ ਧੰਦਾ ਬਣਾ ਲਿਆ ਹੌਲੀ ਹੌਲੀ ਇਹਨੂੰ ਬਹੁਤ ਮਹਿੰਗਾ ਧੰਦਾ ਬਣਾ ਲਿਆ ਮੇਰੇ ਨਾਲ ਮੇਰੇ ਕੈਬਨਿਟ ਦੇ ਸਾਥੀ ਮੀਤ ਹੇਅਰ ਜਿਹੜੇ ਕਿ ਮਾਈਨਿੰਗ ਦੇ ਮਿਨਿਸਟਰ ਨੇ ਸਾਡੇ MLA ਜਗਰਾਓਂ ਮੈਡਮ ਸਰਬਜੀਤ ਕੌਰ ਮਾਣੂਕੇ ਜੀ ਮੇਰੇ ਨਾਲ ਲੁਧਿਆਣੇ ਜ਼ਿਲ੍ਹੇ ਨੂੰ ਰੀਪ੍ਰਜੈਂਟ ਕਰਦੇ ਸਾਰੇ MLA ਸਾਹਿਬਾਨ ਬੈਠੇ ਨੇ ਸਾਰੇ ਸਾਥੀ ਬੈਠੇ ਨੇ ਬਹੁਤ ਸਾਰੇ ਸਾਡੇ ਵਲੰਟੀਅਰ ਸਾਹਮਣੇ ਅਹੁਦੇਦਾਰ ਬੈਠ ਸਾਹਿਬਾਨ ਬੈਠੇ ਨੇ ਅੱਜ ਉਹ ਦਿਨ ਆ ਗਿਆ ਜਦੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਇੱਕ ਹੋਰ ਗਰੰਟੀ ਪੂਰੀ ਕਰਦੇ ਕਿਉਂਕਿ ਆਮ ਤੌਰ 'ਤੇ ਪਾਰਟੀਆਂ ਜਿਹੜੀਆਂ ਨੇ ਉਹ ਮੈਨੀਫੈਸਟੋ ਲਿਖਦੀਆਂ ਨੇ ਇੱਕ ਦੂਜੇ ਨੂੰ ਦੇਖ ਕੇ ਲਿਖਦੀਆਂ ਨੇ ਜੇ ਇਹਨਾਂ ਨੇ ਇੰਨਾ ਕਹਿਤਾ ਆਪਾਂ ਥੋੜ੍ਹਾ ਜਿਹਾ ਵੱਧ ਕਹਿ ਦਿਉ ਜੇ ਇਹਨਾਂ ਨੇ ਆਹ ਕਹਿਤਾ ਆਪਾਂ ਥੋੜ੍ਹਾ ਜਿਹਾ ਘੱਟ ਕਹਿ ਦਿਉ ਅਸੀਂ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ 'ਚ ਅਸੀਂ ਵਾਅਦੇ ਨਹੀਂ ਕੀਤੇ ਸੀ ਅਸੀਂ ਗਰੰਟੀਆਂ ਦਿੱਤੀਆਂ ਸੀ ਕਿ ਗਰੰਟੀ ਹੈ ਕੰਮ ਪੂਰਾ ਹੋਊਗਾ ਬਿਜਲੀ ਦੀ ਗਰੰਟੀ ਦਿੱਤੀ ਅਸੀਂ ਜੁਲਾਈ ਅਗਸਤ 'ਚ ਪੂਰੀ ਕਰਤੀ ਸ਼ਹੀਦ ਫੌਜੀਆਂ ਨੂੰ ਪੁਲਿਸ ਵਾਲਿਆਂ ਨੂੰ 1 ਕਰੋੜ ਰੁਪਇਆ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ 'ਤੇ ਗਰੰਟੀ ਪੂਰੀ ਕਰ ਅਸੀਂ ਚਾਹੁੰਦੇ ਨਹੀਂ ਕਿ ਇਹੋ ਜਿਹਾ ਵੇਲਾ ਆਵੇ ਪਰ ਜੇ ਡਿਊਟੀ ਦੌਰਾਨ ਕੋਈ ਬਹਾਦਰ ਸ਼ਹੀਦ ਦੇਸ਼ ਲਈ ਜਾਨ ਬਾਰ 1 ਕਰੋੜ ਦੀ ਗਰੰਟੀ ਪੂਰੀ ਹੋਈ ਅਸੀਂ ਕਿਹਾ ਸੀ ਕਿ ਜਿਹੜਾ ਮਾਫੀਆ ਬੱਸਾਂ ਦਾ ਉਹਨੂੰ ਤੋੜਾਂਗੇ ਅੱਜ ਵੋਲਵੋ ਬੱਸਾਂ ਜਿਹੜੀਆਂ ਨੇ ਸਰਕਾਰ ਦੀਆਂ ਜਿਹੜੀਆਂ ਨੇ ਉਹ ਏਅਰਪੋਰਟ ਵੱਲ ਨੂੰ ਚੱਲ ਰਹੀਆਂ ਨੇ ਅਸੀਂ ਕਿਹਾ ਸੀ ਨੌਕਰੀਆਂ ਦੇਵਾਂਗੇ ਹੁਣ ਤੱਕ 26,074 ਨੌਕਰੀਆਂ ਦੇ ਚੁੱਕੇ ਹਾਂ ਸਰਕਾਰੀ ਨਿਯੁਕਤੀ ਪੱਤਰ ਅਸੀਂ ਕਿਹਾ ਸੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਹਰ ਰੋਜ਼ ਤੁਸੀਂ ਸੁਣਦੇ ਹੋਵੋਗੇ ਕਿ ਇੰਨੇ ਕੱਚੇ ਮੁਲਾਜ਼ਮ ਹੋਰ ਪੱਕੇ ਹੋਏ ਬਹੁਤ ਸਾਰੀਆਂ ਇਹੋ ਜਿਹੀਆਂ ਵੀ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਵੀ ਨਹੀਂ ਸੀ MLA ਦੀਆਂ ਪੈਨਸ਼ਨਾਂ ਬੰਦ ਕਰਨੀਆਂ 1 MLA 1 ਪੈਨਸ਼ਨ ਕਰਪਸ਼ਨ ਦੇ ਵਿੱਚ MLA ਜਾਂ ਮੰਤਰੀ ਜਿਹੜੇ ਇਨਵੋਲਵ ਸੀ ਉਹਨਾਂ ਨੂੰ ਅੰਦਰ ਕਰਨਾ ਪੰਜਾਬ ਦਾ ਜਿਹੜਾ ਪੈਸਾ ਲੁੱਟਿਆ ਜਿਹਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਨਾ ਸੋ ਅਸੀਂ ਇੱਕ ਰੰਗਲੇ ਪੰਜਾਬ ਦਾ ਸੁਪਨਾ ਲੈ ਕੇ ਚੱਲੇ ਹੋਏ ਹਾਂ ਉਹ ਰੰਗਲਾ ਪੰਜਾਬ ਤਾਂਹੀਓ ਹੋਊਗਾ ਜੇ ਹਰ ਵਰਗ ਉਹਦੇ ਵਿੱਚ ਖੁਸ਼ ਹੋਊਗਾ ਅਸੀਂ ਮੁਹੱਲਾ ਕਲੀਨਿਕਾਂ ਦੀ ਗਰੰਟੀ ਲਈ 100 ਮੁਹੱਲਾ ਕਲੀਨਿਕ 15 ਅਗਸਤ ਨੂੰ ਅਤੇ 400 ਮੁਹੱਲਾ ਕਲੀਨਿਕ 27 ਜਨਵਰੀ ਨੂੰ ਖੁਦ ਅਰਵਿੰਦ ਕੇਜਰੀਵਾਲ ਜੀ ਆ ਕੇ ਉਦਘਾਟਨ ਕਰਕੇ ਗਏ ਅਤੇ ਨਾਲ ਇਹ ਵੀ ਕਹਿ ਕੇ ਗਏ ਕਿ ਸਾਡੇ ਤੋਂ 500 ਪਹਿਲਾਂ 500 ਜਿਹੜਾ ਮੁਹੱਲਾ ਕਲੀਨਿਕ ਆ ਉਹਨੂੰ ਬਣਾਉਣ 'ਚ ਟਾਈਮ ਲੱਗ ਗਿਆ ਸੀ ਪਰ ਪੰਜਾਬ ਵਾਲਿਆਂ ਨੇ ਛੇਤੀ ਬਣਾ ਲਿਆ ਅਤੇ ਲੱਖਾਂ ਦੀ ਗਿਣਤੀ 'ਚ ਉੱਥੇ ਜਾ ਕੇ ਲੋਕ ਆਪਣਾ ਇਲਾਜ ਕਰਾ ਰਹੇ ਨੇ ਦਵਾਈਆਂ ਲੈ ਰਹੇ ਨੇ
ਸਕੂਲਾਂ ਦੀ ਗੱਲ ਕੀਤੀ ਸੀ। ਸਕੂਲ ਆਫ ਐਮੀਨੈਂਸ ਦੇ ਉਦਘਾਟਨ ਹੋ ਚੁੱਕੇ ਨੇ, ਬਣਨੇ ਸ਼ੁਰੂ ਹੋ ਚੁੱਕੇ ਨੇ। ਗਰੰਟੀ ਦਿੱਤੀ ਸੀ, ਵਾਅਦਾ ਕੀਤਾ ਸੀ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਅਧਿਆਪਕ ਨੇ, ਪ੍ਰਿੰਸੀਪਲ ਨੇ, ਹੈੱਡ ਮਾਸਟਰ ਨੇ, ਉਹਨਾਂ ਨੂੰ ਵਿਦੇਸ਼ਾਂ 'ਚ ਪੜ੍ਹਾਈ ਦੇ ਨਵੇਂ ਨਵੇਂ ਤਰੀਕੇ ਸਿਖਾਉਣ ਲਈ ਟ੍ਰੇਨਿੰਗ ਕੈਂਪਾਂ 'ਤੇ ਉਹ ਕੱਲ ਹੀ ਅਸੀਂ 36 ਪ੍ਰਿੰਸੀਪਲ ਜਿਹੜੇ ਨੇ ਉਹ ਸਿੰਗਾਪੁਰ ਭੇਜੇ ਨੇ। ਅਕੈਡਮੀ ਆਫ ਪ੍ਰਿੰਸੀਪਲ ਸਿੰਗਾਪੁਰ ਦੇ ਵਿੱਚ ਜਾ ਕੇ ਉਹ ਕਿਵੇਂ ਸਕੂਲ ਨੂੰ ਹੈੱਡ ਕਰਨਾ, ਕਿਵੇਂ ਆਪਣੇ ਸਟਾਫ ਨੂੰ, ਕਿਵੇਂ ਆਪਣੇ ਵਿਦਿਆਰਥੀਆਂ ਨੂੰ ਕਿਹੜੇ ਕਿਹੜੇ ਪੜ੍ਹਾਈ ਦੇ ਨਵੇਂ ਤਰੀਕੇ ਆਏ ਨੇ ਉਹਦੇ ਵਾਸਤੇ ਅਸੀਂ ਉਹ ਕੱਲ੍ਹ ਪੂਰਾ ਕੀਤਾ। ਅਤੇ ਅੱਜ ਜਿਸ ਜਗ੍ਹਾ 'ਤੇ ਜਾ ਪਾਏ ਹਾਂ, ਪਬਲਿਕ ਮਾਈਂਡ ਇਹ ਅੱਜ 16 ਖੱਡਾਂ ਜਿਹੜੀਆਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਪਬਲਿਕ ਮਾਈਂਡਸ ਕਹਿੰਦੇ ਹਨ ਲੋਕਾਂ ਦੀਆਂ, ਇਹ ਪ੍ਰੋਪਰਟੀ ਲੋਕਾਂ ਦੀ। ਮਾਣਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਅਸੀਂ ਮੰਨਣਾ ਹੈ। ਸਮੇਂ ਇਹੀ ਕਿਹਾ ਸੀਗਾ ਕਿ ਥੋੜ੍ਹਾ ਜਿਹਾ ਠਹਿਰ ਜਾਓ, ਰੇਤਾ ਤੁਹਾਨੂੰ ਇਸ ਤਰੀਕੇ ਨਾਲ ਮਿਲੂਗਾ। ਤੁਸੀਂ ਕਹੋਗੇ ਯਾਰ ਆਹ ਤਾਂ ਤਰੀਕਾ ਪਹਿਲਾਂ ਸੋਚਿਆ ਨਹੀਂ ਸੀ। ਅੱਜ 18 ਪਬਲਿਕ ਮਾਈਂਡਸ, ਅੱਜ 18 ਖੱਡਾਂ ਅਸੀਂ ਲੋਕਾਂ ਦੇ ਸਮਰਪਿਤ ਕਰ ਰਹੇ ਹਾਂ, 16 ਲੋਕਾਂ ਦੇ ਸਮਰਪਿਤ ਕਰ ਰਹੇ ਹਾਂ। ਅਤੇ ਅਗਲੇ ਮਹੀਨੇ ਤੱਕ ਅਸੀਂ ਇਹਨੂੰ 50 ਤੱਕ ਲੈ ਜਾਵਾਂਗੇ। ਇੱਥੇ ਕੀ ਹੈ, ਇੱਥੇ JCB ਨਹੀਂ ਚੱਲ ਸਕਦੀ ਅਤੇ ਇੱਥੇ ਟਿੱਪਰ ਵੀ ਨਹੀਂ ਆ ਸਕਦੇ। ਇੱਥੇ ਤੁਹਾਡੇ ਜ਼ਰੀਏ ਮੈਂ ਲੋਕਾਂ ਨੂੰ ਦੱਸਦਾ, ਐਪ ਵੀ ਜਾਰੀ ਕੀਤੀ ਹੈ ਪੰਜਾਬੀਆਂ ਨੂੰ ਮੈਂ ਦੱਸਣਾ ਚਾਹੁੰਦਾ। ਇੱਕ ਐਪ ਹੈ, ਉਹਦੇ 'ਤੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਡੇ ਨੇੜੇ ਤੇੜੇ ਕਿਹੜੀ ਖੱਡ ਹੈ ਜਿੱਥੋਂ ਤੁਸੀਂ, ਪਬਲਿਕ ਦੀ ਖੱਡ ਹੈ ਜਿੱਥੋਂ ਤੁਸੀਂ ਲੈ ਕੇ ਆ ਸਕਦੇ ਹੋ। ਆਪਣਾ ਟਰੈਕਟਰ ਟਰਾਲੀ ਲੈ ਕੇ ਆਓ, ਜੇ ਆਪਣੇ ਬੰਦੇ ਹੈਗੇ ਨੇ ਤੁਹਾਡੇ ਕੋਲ ਤਾਂ ਆਪਣੇ ਬੰਦੇ ਨਾਲ ਲੈ ਆਓ 4-5, ਨਹੀਂ ਤਾਂ ਇੱਥੇ ਵੀ ਮਿਲ ਸਕਦੇ ਨੇ। ਅਤੇ ਕਹੀਆਂ ਨਾਲ, ਬੱਠਲਾਂ ਨਾਲ ਤੁਸੀਂ ਰੇਤਾ ਕੱਢੋ, ਟਰਾਲੀ ਭਰੋ, 5.5 ਰੁਪਈਏ ਪਰ ਕਿਊਬਿਕ ਫੀਟ ਤੁਹਾਨੂੰ ਇੱਥੋਂ ਰੇਤਾ ਮਿਲੂਗਾ। ਟਰੈਕਟਰ ਤੁਹਾਡਾ, ਟਰਾਲੀ ਤੁਹਾਡੀ, ਖਰਚਾ ਜਿਹੜਾ ਤੁਹਾਡਾ ਸਾਡੇ ਵੱਲੋਂ, ਸਰਕਾਰ ਵੱਲੋਂ 5.5 ਰੁਪਈਏ ਹੈ। ਅੱਗੇ ਤੁਸੀਂ ਕਿੰਨੀ ਕੁ ਦੂਰ ਜਾਣਾ, ਟਰੈਕਟਰ ਟਰਾਲੀ ਦਾ ਕੀ ਤੁਹਾਨੂੰ ਖਰਚਾ ਪੈਂਦਾ, ਇਹੀ ਖਰਚਾ ਹੋਊਗਾ। ਪਹਿਲਾਂ ਇੱਦਾਂ ਹੀ ਹੁੰਦਾ ਸੀ, ਜਦੋਂ ਮਰਜ਼ੀ ਅਸੀਂ ਜਾਂਦੇ ਸੀ, ਅਸੀਂ ਆਪਣਾ ਵਾਹਨ ਲੈ ਕੇ ਜਾਂਦੇ ਸੀ ਅਤੇ ਭਰ ਕੇ ਲੈ ਆਉਂਦੇ ਸੀ। ਅਤੇ ਅੱਜ ਇਹ ਦੁਬਾਰਾ ਅਸੀਂ ਇਹੀ ਕਿਹਾ ਸੀ ਨਾ ਕਿ ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਵਾਂਗੇ। ਕੈਲੀਫੋਰਨੀਆ, ਲੰਡਨ, ਪੈਰਿਸ ਨਹੀਂ ਬਣਾਉਣ ਦੀ ਲੋੜ। ਦੁਬਾਰਾ ਪੰਜਾਬ ਵੱਲ ਨੂੰ ਇੱਕ ਕਦਮ ਹੈ ਇਹ ਕਿ ਆਪਣੇ ਟਰੈਕਟਰ ਟਰਾਲੀ ਲੈ ਕੇ ਆਓ। ਆਹ ਐਪ ਵੀ ਜਾਰੀ ਹੋਈ ਹੈ, ਟਰੈਕਟਰ ਦਾ ਬਕਾਇਦਾ ਨੰਬਰ ਹੋਊਗਾ, ਉਹਦੇ 'ਚ ਉਹਦਾ ਆਰਡਰ ਨੰਬਰ ਹੋਊਗਾ ਅਤੇ ਉਹਨੇ ਕਿਹੜੀ ਮਾਈਨ ਤੋਂ ਕਿੰਨੇ ਵਜੇ ਟਰਾਲੀ ਭਰੀ ਹੈ, ਅਤੇ ਉਹਦੇ ਕੋਲ ਕਿਊ ਆਰ ਕੋਡ ਵੀ ਹੋਊਗਾ। ਆਹ ਦੋ ਕਾਗਜ਼ ਸਾਡੇ ਕੋਲ ਵੀ ਹੋਣਗੇ, ਉਸ ਟਰੈਕਟਰ ਵਾਲੇ ਡਰਾਈਵਰ ਕੋਲ ਵੀ ਹੋਣਗੇ, ਤਾਂ ਤੁਹਾਨੂੰ ਕੋਈ ਨਹੀਂ ਰੋਕੂਗਾ ਕਿਤੇ ਕਿ ਕਿੱਥੋਂ ਆਇਆ। ਹਾਂ, 1-2 ਸੇਫਟੀ ਨੋਰਮਸ ਹੈਗੇ ਨੇ। ਇੱਕ ਤਾਂ ਡਬਲ ਟਾਇਰਾਂ ਵਾਲੀ ਟਰਾਲੀ ਹੋਵੇ, ਪਲਟਣ ਦਾ ਖਤਰਾ ਘੱਟ ਰਹਿੰਦਾ। ਨੰਬਰ 2 'ਤੇ ਉੱਤੇ ਤਰਪਾਲ ਪਾ ਕੇ ਲੈ ਕੇ ਜਾਣੀ ਹੈ, ਤਾਂ ਕਿ ਸੜਕ 'ਤੇ ਜਾਂਦੇ ਆਪਾਂ ਕਿਸੇ ਸਕੂਟਰ ਵਾਲੇ ਦੇ, ਮੋਟਰਸਾਈਕਲ ਵਾਲੇ ਦੇ, ਰਾਹਗੀਰਾਂ ਦੇ ਕੋਈ ਅੱਖਾਂ 'ਚ ਰੇਤਾ ਨਾ ਪਾਈਏ, ਤਾਂ ਕਿ ਕੋਈ ਦੁਰਘਟਨਾ ਨਾ ਹੋਵੇ। 1-2 ਨੋਰਮਸ ਨੇ, ਉਹ ਪੂਰੇ ਕਰਨੇ ਪੈਣੇ। 5.5 ਰੁਪਈਏ ਸਾਡੇ ਵੱਲੋਂ, ਅੱਜ 16 ਖੱਡਾਂ ਸ਼ੁਰੂ ਹੋਈਆਂ ਨੇ, ਮਹੀਨੇ ਦੇ ਵਿੱਚ 50 ਹੋ ਜਾਣਗੀਆਂ। 50 ਖੱਡਾਂ ਤੋਂ ਪਬਲਿਕ ਮਾਈਂਡਸ ਨੇ ਇਹ, ਇੱਥੋਂ ਆਪਣੇ ਆਪ ਭਰ ਕੇ ਤੁਸੀਂ ਜਿਹੜਾ ਬੱਠਲਾਂ ਨਾਲ, ਕਹੀਆਂ ਨਾਲ ਤੁਸੀਂ ਆਪਣੀ ਟਰਾਲੀ ਭਰ ਕੇ ਲੈ ਕੇ ਜਾ ਸਕਦੇ ਹੋ, ਲੀਗਲ ਹੈ। ਔਰ ਇਹ ਸ਼ਾਮ ਨੂੰ ਇਹ ਖੱਡਾਂ ਬੰਦ ਹੋ ਜਾਣਗੀਆਂ। ਉਹ ਤੋਂ ਬਾਅਦ ਜਿਹੜਾ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਤੇ ਬਿਊਰੋਕ੍ਰੇਸੀ ਨੂੰ ਵੀ ਅਸੀਂ ਕਿਹਾ, DC ਸਾਹਿਬ ਖੜ੍ਹੇ ਨੇ,
कि रात नूं इत्थों कोई ट्राली जां कोई नजायज कोई माइनिंग नहीं होण देणी। सीसीटीवी कैमरे लगे हुए ने हर जगह ते, ते इत्थे बकायदा पुलिस जिहड़ी है वह पेट्रोलिंग करती रहेगी, क्योंकि यह ना होवे कि लोग तो एक दिन लै गए तो रातों रात इस इतों नजायज़ माइनिंग शुरू होगी, तो सवेर तक जो तक लोग आए वो कहें यार असी तो कल इन्ना की लैके गए सी आ किने करता रातों रात काम। इस पर्टिकुलर जिथे आप जगह पर बैठे हाँ विशेष जगह पर बैठे हैं 10 लाख मीट्रिक टन इत्थे रेता है, 10 लाख मीट्रिक टन टोटल माइनिंग जिहड़ी है पब्लिक खड्डा दी 50 लाख मीट्रिक टन जिहड़ा 24 लाख मीट्रिक टन जिहड़ा वो रेता है, बहुत ज़्यादा होंदा 5.5 रुपये ते तुहानू मिलेगा। सो माइनिंग दे विच असी होर भी लीगल जिहड़े NGT दे जां जिन्ने भी सानू डिस्ट्रिक्ट लैवल दे पोल्यूशन कंट्रोल बोर्ड दे सानू सर्टिफिकेट चाहिए ने लै के असी होर भी सौखा करांगे कि रेता जिहड़ा, क्योंकि जे रेते की इन्नी डिमांड है तो मतलब पंजाब दे विच तरक्की हो रही है, कंस्ट्रक्शन हो रही है, फैक्ट्रियां आ रही ने, शहर बन रहे ने, नवे कलोनियां बन रही ने, सो यह एक तरक्की की निशानी है। सो असी इनू कोई मिसयूज नहीं करांगे कि लोग हुण फसे हुए ने जी चलो लै लो जिन्ने मर्जी, जिन्ना रेत का रेट जिहड़ा घट तो घट होगा असी उस एफर्ट्स दे विच लगे हुए हाँ। मैं एक बार फिर दस दिना पब्लिक नूं समर्पित करन लग्या 16 खड्डा अज जिथे आप बैठे हैं इतने 10 लाख मीट्रिक टन रेत है, अपनी ट्राली अपना ट्रैक्टर लेके आओ तो इतों अपने हाथों नाल भर के ट्राली जिहड़ी है वो तुसीं अपने घरें लेके जा सकते हो, जिथे भी तुसीं, मैं जो ट्रैक्टर वाले ने पूछा सी उहदा कहिंदा नेड़े पिंड है जी मेरा तो मैं तो उत्थे लेके जानी है घरें अपने, ताकि लोगों नूं वो जो टिप्पर वाले जां कोई माफिया वाले उन्हां तों खैड़ा छुटे उन्हां दा। तो 5.5 रुपये सरकार का रेट है, 5.5 रुपये पर क्यूबिक फुट ते असीं उन्हां नूं कागज़ देवांगे, तो बिल्कुल पारदर्शी काम है, तो CCTV जगह जगह कैमरे लगे हुए ने, सानूं पता है कि कौन आया सी और मोबाइल नंबर ने ऐप देती असीं कि तुसीं आप चैक कर सकते हो कि तुहाडे नेड़े तेड़े वाली कि खड्ड दे विच रेता अवेलेबल है 5.5 रुपये क्यूबिक फुट।